ये लड़का मैंने कभी भी कि मेरी तस्वीर टेलीकास्ट नहीं कर सकते पर मेरे को हक है मैं टेलीकास्ट कर सकता क्योंकि इसने मैंने परमिशन दी है परमिशन टेलीकास्ट दी है एक कभी फोटो नहीं लानी पर जे कोई ऐसे ये दोष लाए तो वी हैव राइट्स टू प्रोसीड राइट विद हिज पिक्चर मैं उस लड़की को कहना चाहूंगा डजंट मैटर कि तुम कौन हो जो तुम झूठ बोलते हो सिस्टम महसूस करते हो मीडिया हैव राइट्स टू प्रोसीड ऑल डॉक्यूमेंट्स असीं पुलिस नूं डाक्यूमेंट दे सकते हैं असीं लोकां दे हल्फिए बयान दे सकते हैं कि यह लड़की ने पुलिस दे कोल बार बार जाके इन्ने लोगों नूं चार्ज कराया आ काम किए साडे को हक ने तुसीं किसी दे परिवार से इल्जाम ला दो कि यह लड़का जिहड़ा मेरा हसबेंड है इहदे रिलेशन भूआ ना सी पर जो थिंक इसे स्पेयर कर सकते हैं नो कानून सानूं अगे दिंदा है कि तुसीं दोष ला रहे हो दोष लाने व्यक्ति आ है जोगिंदर बासी नहीं है आई एम रेडी टू गो टू कोर्ट कोर्ट जा सकते हो लीगल पैनल को जा सकते हो साडे कोल हक इन्ने जरूरी नहीं कि असीं तुहाडे वल्लों आयो टैक्स का जवाब देईए नो तुसीं किस अथॉरिटी सर नाल गल करदे हो हू आर यू गाइस तुसीं बच्चे हो मनप्रीत तुसीं जो कहोगे सच कहोगे तुहाडी शादी कदों होई ते किहदे नाल होई सर मेरी शादी 18 जुलाई 2018 दे विच आशना देवी दे नाल होई सी 2018 विच तुहाडी शादी दा कारण कैनेडा आउण ਆਉਣਾ ਸੀ ਤੁਸੀਂ ਡਿਸਕਸ ਕੀਤੀ ਸ਼ਾਦੀ ਕੀਤੀ ਇਹਨਾਂ ਨਹੀਂ ਸਰ ਆਪਾਂ ਤਾਂ ਆਪਣੇ ਵੱਲੋਂ ਸਰ ਪੱਕਾ ਵਿਆਹ ਕੀਤਾ ਸੀਗਾ ਕਿਉਂਕਿ ਇਹਨਾਂ ਨੇ ਗੁਰਦੁਆਰੇ ਵਿੱਚ ਇੱਥੇ ਮਲਸੀਆਂ ਦੇ ਵਿੱਚ ਫੇਰੇ ਕੀਤੇ ਸੀ ਜੋ ਪਾਰਟੀ ਖਰਚਾ ਸਾਰਾ ਆਪਾਂ ਹੀ ਉੱਥੇ ਕੀਤਾ ਸੀਗਾ ਪੈਲੇਸ ਵੀ ਮਨਪ੍ਰੀਤ ਆਸ਼ਨਾ ਦੇਵੀ ਦਾ ਪਿੰਡ ਮਲਸੀਆਂ ਉਹਨਾਂ ਦਾ ਕੋਟਲੀ ਗਾਜਰਾਂ ਜੀ ਮਲਸੀਆਂ ਤੋਂ 2 ਕਿਲੋਮੀਟਰ ਅੱਗੇ ਆ ਕੋਟਲੀ ਹਾਂਜੀ ਮਲਸੀਆਂ ਮੈਂ ਆਪਣੀ ਸਿਸਟਰ ਕੇ ਘਰੇ ਰਹਿਣਾ ਪਿਆ ਜੀ ਇਹਨਾਂ ਤੋਂ 2 ਕਿਲੋਮੀਟਰ ਅੱਗੇ ਇਹਨਾਂ ਦਾ ਪਿੰਡ ਆ ਕੋਟਲੀ ਗਾਜਰਾਂ ਜੀ ਇਹ ਲੜਕੀ ਜਿਹੜੀ ਹੈ ਕੋਟਲੀ ਗਾਜਰਾਂ ਦੀ ਇਹਨੇ ਆਈਲਟ ਪਹਿਲਾਂ ਕੀਤੀ ਹੋਈ ਸੀ ਉਸ ਤੋਂ ਬਾਅਦ ਤੁਸੀਂ ਸ਼ਾਦੀ ਕੀਤੀ ਇਹਨਾਂ ਨੇ ਜਿੱਦਾਂ ਨਾ ਆਈਲਟ ਕਰ ਲਈ ਸੀਗੀ ਤੇ ਹਜੇ ਬੈਂਡ ਨਹੀਂ ਸੀਗੇ ਆਏ ਆਈਲਟ ਕਰ ਲਈ ਸੀ ਬੈਂਡ ਹਲਿਆਉਣੇ ਸੀ ਤਾਂ ਤੁਹਾਨੂੰ ਪੈਣਕ ਪੈ ਗਈ ਕਿ ਤੁਸੀਂ ਮਤਲਬ ਇਹ ਲੜਕੀ ਜਿਹੜੀ ਆ ਆਈਲਟ ਹੋ ਜਾਣੀ ਹੈ ਤੇ ਕੈਨੇਡਾ ਜਾਣਾ ਤੇ ਮੈਂ ਇਹਦੇ ਨਾਲ ਜਾ ਸਕਦਾ ਇਹ ਸੱਚ ਹੈ ਟੈਲੀਮੀਟਰੂ ਨਹੀਂ ਸਰ ਜਿੱਦਾਂ ਨਾ ਮੇਰੇ ਇੱਥੇ ਜੀਜਾ ਜੀ ਸੀਗੇ ਉਹ ਕਿਸੇ ਦੀ ਸ਼ੋਪ ਤੇ ਗਏ ਤੇ ਉਹ ਲੜਕੀ ਦੇ ਪਾਪਾ ਵੀ ਜਿੱਦਾਂ ਉਸੇ ਸ਼ੋਪ ਤੇ ਆਏ ਸੀਗੇ ਮੈਂ ਤਾਂ ਵੈਸੇ ਆਪਣਾ ਬਾਹਰਲਾ ਲਗਾ ਰਿਹਾ ਸੀਗਾ ਜਾਨੀ ਕਿ ਕੱਲੇ ਦਾ ਲਾਉਂਦਾ ਪਿਆ ਸੀਗਾ ਤੇ ਉਹ ਵੈਸੇ ਬੈਠੇ ਬੈਠੇ ਭਾਜੀ ਉਹਨਾਂ ਨੇ ਗੱਲ ਕੀਤੀ ਕਿ ਮੇਰਾ ਇੱਦਾਂ ਇੱਦਾਂ ਉਹ ਕਹਿੰਦੇ ਵੀ ਮੇਰੀ ਲੜਕੀ ਆ ਉਹਨੇ ਆਈਲਟਸ ਕੀਤੀ ਹੋਈ ਆ ਉਹਦੇ ਬੈਂਡ ਆਏ ਹੋਏ ਆ ਇਦੇ ਭਾਜੀ ਨੇ ਵੀ ਗੱਲ ਕਰ ਲਈ ਕਹਿੰਦੇ ਵੀ ਮੇਰਾ ਵੀ ਇੱਕ ਸਾਲਾ ਹੈਗਾ ਆ ਉਹਨੇ ਵੀ ਬਾਹਰ ਜਾਣਾ ਚਲੋ ਇੱਦਾਂ ਕਰਦੇ ਕਰਦੇ ਗੱਲ ਹੋਈ ਇੱਕ ਦੂਜੇ ਨੂੰ ਦੇਖਿਆ ਤੇ ਅਸੀਂ ਇਹੀ ਗੱਲ ਕਹੀ ਸੀਗੀ ਕਿ ਕੁੜੀ ਦੇ ਜੇ ਤਾਂ ਬੈਂਡ ਆਉਂਦੇ ਆ ਫੇਰ ਤਾਂ ਆਪਾਂ ਮੈਰਿਜ ਪੱਕੀ ਕਰਾਂਗੇ ਅਗਰ ਜੇ ਨਹੀਂ ਬੈਂਡ ਆਉਂਦੇ ਆਪਾਂ ਫੇਰ ਰਿਸ਼ਤਾ ਨਹੀਂ ਕਰਾਂਗੇ ਕਿਉਂਕਿ ਉਸ ਲੜਕੀ ਨੇ ਪਲੱਸ ਟੂ ਕੀਤੀ ਸੀਗੀ ਉਹਦੇ ਬੈਂਡ ਸੀਗੇ 6 ਸੀਗੇ ਕਿਉਂਕਿ ਉਸ ਟਾਈਮ ਇੰਨਾ ਨਹੀਂ ਸੀਗਾ ਕਿ ਕੈਨੇਡਾ ਦਾ ਲੱਗੂਗਾ ਇਹ ਮਤਲਬ ਇਹ ਆ ਕਿ ਤੁਹਾਡੀ ਇਹਦੇ ਵਿੱਚੋਂ ਸਾਫ ਸਪਸ਼ਟ ਨਜ਼ਰ ਆਉਂਦਾ ਆ ਕਿ ਜੇ ਬੈਂਡ ਆ ਗਏ ਤਾਂ ਅਸੀਂ ਰਿਸ਼ਤਾ ਕਰਾਂਗੇ ਤੁਹਾਡੇ ਬ੍ਰਦਰ ਨੂੰ ਕਿਹਾ ਜੇ ਨਹੀਂ ਆਏ ਤਾਂ ਨਹੀਂ ਕਰਾਂਗੇ ਇਹ ਤੁਸੀਂ ਇਹਦਾ ਮਤਲਬ ਇਹ ਆ ਕਿ ਤੁਹਾਡਾ ਸਿਰਫ ਆਉਣ ਦਾ ਜ਼ਰੀਆ ਸੀ ਇਹ ਕੈਨੇਡਾ ਦਾ ਨਹੀਂ ਨਹੀਂ ਸਰ ਆਪਾਂ ਨਾ ਜਿੱਦਾਂ ਕੱਲੇ ਦਾ ਲਾ ਰਹੇ ਸੀਗੇ ਆਈ ਅੰਡਰਸਟੈਂਡ ਪਲੀਜ਼ ਐਕਸਕਿਊਜ਼ ਮੀ ਐਨੀਵੇ ਸੋ ਉਸ ਤੋਂ ਬਾਅਦ ਬੈਂਡ ਆ ਗਿਆ ਤੁਹਾਡੀ ਸ਼ਾਦੀ ਜਿਹੜੀ ਕਿਹੜੇ ਮਹੀਨੇ ਵਿੱਚ 18 ਜੁਲਾਈ 2018 ਹੁੰਦੀ ਆ ਸ਼ਾਦੀ ਤੋਂ ਬਾਅਦ ਕਿੰਨਾ ਸਮਾਂ ਤੁਹਾਡਾ ਰਹਿੰਦੀ ਲੜਕੀ ਸਰ ਉਹ 1 ਮਹੀਨਾ ਰਹੀ ਆ ਆਪਣੇ ਕੋਲ ਉਹਦੀ ਸਤੰਬਰ ਦੇ ਵਿੱਚ ਸੀਗੀ ਫਲਾਈਟ ਸੀਗੀ ਕੈਨੇਡਾ ਦੀ ਸਤੰਬਰ ਕਿਹੜੀ ਨੂੰ 2018 ਨੂੰ ਹਾਂਜੀ 1 ਮਹੀਨੇ ਰਹੀ ਆਪਣੇ ਕੋਲ ਉਹਦੀ ਆਪਣੇ ਇਥੋਂ ਅਗਸਤ ਦੀਆਂ ਉਹਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਸੀਗੀਆਂ ਤੁਸੀਂ 2 ਕਿਲੋਮੀਟਰ ਦਾ ਫਾਸਲਾ ਹੈ ਮਸੀਹਤ ਕੋਟਲੀ ਦਾ ਤੁਸੀਂ ਪਹਿਲਾਂ ਕੁੜੀ ਨੂੰ ਮਿਲੇ ਵੀ ਸੀ ਕਦੇ ਕਿਸੇ ਕਾਲਜ ਜਾਂ ਫਿਰ ਕਿਸੇ ਬੱਸ ਸਟੈਂਡ ਤੇ ਜਾਂ ਕਿਤੇ ਨਹੀਂ ਸਰ ਆਈ ਸੀ ਸੋ ਤੁਸੀਂ ਆਪਸ ਵਿੱਚ ਹੀ ਰਿਸ਼ਤਾ ਰਿਲੇਸ਼ਨ ਸੈਟਅਪ ਕੀਤਾ ਹਸਬੰਡ ਵਾਈਫ ਵਾਲਾ ਤੁਸੀਂ ਰਿਲੇਸ਼ਨ ਬਣਾਇਆ ਸੀ ਮਹੀਨੇ ਚ ਕਿ ਬਹੁਤ ਸਾਰੀ ਕੁੜੀਆਂ ਬਣਾਉਂਦੀਆਂ ਨਹੀਂ ਹੈ ਹਾਂਜੀ ਹਾਂਜੀ ਸਰ ਉਹ ਪੂਰਾ ਸੀਗਾ ਸਰ ਆਈ ਸੀ ਸੋ ਉਸ ਤੋਂ ਬਾਅਦ ਵੀ ਕੁੜੀ ਜਦੋਂ ਆਈ ਕੈਨੇਡਾ ਵਿੱਚ ਤੁਸੀਂ ਏਅਰਪੋਰਟ ਤੋਂ ਡ੍ਰੌਪ ਕਰਨ ਆਏ ਹਾਂਜੀ ਸਰ ਆਇਆ ਸੀਗਾ ਮੈਂ ਆਇਆ ਸੀਗਾ ਮੇਰੇ ਫਾਦਰ ਸਾਹਿਬ ਲੜਕੀ ਦਾ ਬ੍ਰਦਰ ਫਾਦਰ ਤੇ ਮਦਰ ਆਏ ਸੀ ਲੜਕੀ ਜਿਹੜੀ ਆ ਉਹ ਕੋਟਲੀ ਗਾਜਰਾ ਇਹਦਾ ਲੜਕੀ ਦਾ ਨਾਂ ਆਸ਼ਨਾ ਦੇਵੀ ਦੇ ਫਾਦਰ ਦਾ ਨਾਮ ਕੀ ਮਦਰ ਦਾ ਨਾਮ ਕੀ ਹੈ ਸੰਤੋਖ ਸਿੰਘ ਇਹਦੇ ਫਾਦਰ ਦਾ ਨਾਮ ਆ ਤੇ ਸਿਮਰਨਜੀਤ ਕੌਰ ਮਦਰ ਦਾ ਨਾਮ ਆ ਜੀ ਤੁਹਾਡਾ ਕਾਰੋਬਾਰ ਕੀ ਹੈ ਸਰ ਮੈਂ ਹੁਣ ਮੇਰੇ ਮਦਰ ਨਾ ਇਸੇ ਚੱਕਰ ਦੇ ਵਿੱਚ ਜਿੱਦਾਂ ਇਹ ਲੜਕੀ ਫੋਨ ਕਰਨ ਨੂੰ ਹਟ ਗਈ ਬਾਹਰ ਜਾ ਕੇ ਉਹਨਾਂ ਨੂੰ ਇਹ ਟੈਨਸ਼ਨ ਹੋ ਗਈ ਕਿ ਵੀ ਹੁਣ ਲੜਕੀ ਫੋਨ ਨਹੀਂ ਕਰਦੀ ਹੈਗੀ ਕਿਉਂਕਿ ਮੇਰੇ ਫਾਦਰ ਸਾਹਿਬ ਤੁਹਾਡਾ ਕਾਰੋਬਾਰ ਮੇਰੇ ਸਵਾਲ ਦਾ ਜਵਾਬ ਤੁਹਾਡਾ ਕਾਰੋਬਾਰ ਕੀ ਹੈ
ਸਰ ਕਾਰੋਬਾਰ ਮੈਂ ਇੱਥੇ ਦੀਦੀ ਹੁਣਾਂ ਦੇ ਸਿਸਟਰ ਹੁਣਾਂ ਨੇ ਸ਼ੋਪ ਪਾਈ ਆ ਤੇ ਉਹ ਹਾਫ ਉਹਦੇ ਵਿੱਚ ਮੇਰੀ ਹੈ ਤੇ ਹਾਫ ਉਹਨਾਂ ਦੀ ਹੈ ਸ਼ੋਪ ਕਾਹਦੀ ਹੈ ਇਹ ਜਨਰਲ ਸਟੋਰ ਆ ਸਰ ਜਨਰਲ ਸਟੋਰ ਹੈ ਤੁਹਾਡੀ ਕਾਸਟ ਕੀ ਹੈ ਕੰਬੋ ਆ ਸਰ ਤੇ ਲੜਕੀ ਲੜਕੀ ਵੀ ਕੰਬੋ ਆ ਜੀ ਤੁਹਾਡਾ ਏਜ ਫੈਕਟਰ ਕੀ ਹੈ ਏਜ ਫੈਕਟਰ ਮਤਲਬ ਤੁਹਾਡਾ ਏਜ ਦਾ ਫਰਕ ਕੀ ਹੈ ਸਰ ਉਹ ਤਿੰਨ ਕੁ ਸਾਲ ਦਾ ਫਰਕ ਹੈ ਜੀ ਤਿੰਨ ਸਾਲ ਤੁਸੀਂ ਵੱਡੇ ਹੋ ਹਾਂਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ 24 ਆ ਸਰ ਉਹਦੀ 21 ਹੋਣੀ ਆ ਹੁਣ ਇਸ ਵੇਲੇ ਹਾਂਜੀ ਸਰ ਤੇ ਜਦੋਂ ਫਿਰ ਸ਼ਾਦੀ ਹੋਈ ਹੈ ਮਤਲਬ 2 ਸਾਲ ਪਹਿਲਾਂ ਉਹ ਤਕਰੀਬਨ 18 ਤੋਂ 19 ਸਾਲ ਵਿੱਚ ਸੀ ਹਾਂਜੀ ਸਰ ਤੁਸੀਂ ਆਪੇ ਸੋਚੋ 18-19 ਸਾਲ ਦੇ ਵਿੱਚ ਆਉਣ ਦਾ ਕਾਰਨ ਜਦੋਂ ਇੱਥੇ ਬਹੁਤ ਸਾਰੇ ਪਰਿਵਾਰ ਪਹੁੰਚਦੇ ਨੇ ਤਾਂ CBSE ਇਹਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬੀ ਨੇ ਉਹ ਵੀ ਸਵਾਲ ਪੁੱਛਦੇ ਨੇ ਕਿ 19 ਸਾਲ ਦੇ ਵਿੱਚ ਤੁਸੀਂ ਵਿਆਹ ਕਰਾ ਲਿਆ ਇਹ ਕਾਰਨ ਕੀ ਹੈ ਪਤਾ ਹੈ ਇੱਥੇ ਮਤਲਬ ਸਿਸਟਮ ਨੂੰ ਜਾਣਕਾਰੀ ਹੈ ਪੂਰਾ ਗਿਆਨ ਹੈ ਕਿ ਇਹ ਪੈਸੇ ਲਾਏ ਹੋਣੇ ਮੁੰਡੇ ਵਾਲਿਆਂ ਨੇ ਤੇ ਕੁੜੀ ਜਿਹੜੀ ਹੈ ਫੀਸ ਤਾਰ ਨਹੀਂ ਸਰ ਜਿਸ ਕਰਕੇ ਆਈ ਹੈ ਤੇ ਇੱਥੇ ਆਣ ਕੇ ਮੁੱਕਰ ਜਾਂਦੇ ਨੇ ਕੁੜੀਆਂ ਤੁਸੀਂ ਇਕੱਲੇ ਨਹੀਂ ਹੋ ਸੈਂਕੜੇ ਹੀ ਸਾਡੇ ਕੋਲ ਫਾਈਲਾਂ ਨੇ ਜਿਹੜੀ ਕੁੜੀਆਂ ਮੁੱਕਰ ਜਾਂਦੀਆਂ ਆ ਜਾਂ ਫਿਰ ਕੁੜੀਆਂ ਇੱਥੇ ਆਣ ਕੇ ਦੂਜੇ ਮੁੰਡਿਆਂ ਨੂੰ ਬਗਲਾਉਂਦੀਆਂ ਨੇ ਤੇ ਉਹਨਾਂ ਤੇ ਪੈਸੇ ਲੈਂਦੀਆਂ ਨੇ ਤੇ ਉਹਨਾਂ ਨੂੰ ਫਿਰ ਚਾਰਜ ਕਰਾ ਦਿੰਦੀਆਂ ਸਾਡੇ ਪਾਸ ਸਟੋਰੀ ਵੀ ਜਿਹੜੀ ਮੈਂ ਸਟੋਰੀ ਨੂੰ ਦੁਬਾਰਾ ਰਿਪੀਟ ਕਰ ਰਿਹਾ ਵਿਕਟਿਮ ਲੋਕਾਂ ਲਿਆ ਰਿਹਾ ਹੁਣ ਲੋਕਾਂ ਸਾਹਮਣੇ ਮੈਂ ਦੱਸੂਗਾ ਕਿ ਜਗਿੰਦਰ ਬਾਸੀ ਜਰਨਲਿਜ਼ਮ ਦੇ ਵਿੱਚ ਉਹ ਐਕਸਪੀਰੀਅੰਸ ਕੀ ਆ ਹਾਂਜੀ ਹਾਂਜੀ ਸੋ ਐਨੀਵੇ ਇਨਸਟੈਡ ਆਫ ਐਕਸ਼ਨ ਬੀਟੈਕ ਐਕਸ਼ਨ ਉਹਨਾਂ ਲੋਕਾਂ ਤੇ ਸਾਕੋ ਹੱਕ ਆ ਅਸੀਂ ਇਸ ਮੁਲਕ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਮੈਂ ਉਸ ਲਈ ਕੈਨੇਡੀਅਨ ਸਿਟੀਜ਼ਨ ਹਾਂ ਮੈਂ ਕਿ ਇਸ ਮੁਲਕ ਦੇ ਵਾਸਤੇ ਮੈਂ ਜੋ ਬੋਲਾਂਗਾ ਸੱਚ ਬੋਲਾਂਗਾ ਅਤੇ ਸੱਚ ਤੋਂ ਸਵਾਈ ਕੁਛ ਨਹੀਂ ਕਰਾਂਗਾ ਤਾਂ ਹੁਣ ਅਸੀਂ ਉਹਨਾਂ ਲੋਕਾਂ ਤੇ ਮੈਂ ਐਕਸ਼ਨ ਲਾਊਂਗਾ ਜਿਨ੍ਹਾਂ ਨੇ ਫਰਾਡ ਕੀਤਾ ਤੇ ਗਲਤ ਇਨਫੋਰਮੇਸ਼ਨ ਪ੍ਰੀਸੈਂਟ ਦਿੱਤੀ ਹੈ ਕਿ ਮੇਰੇ ਪਾਸ ਵਿਕਟਿਮ ਨੇ ਮੈਂ ਜੱਜ ਸਾਹਿਬ ਕੋਲ ਜਾਊਂਗਾ ਕਿ ਇਹ ਲੋਕ ਜਿਹੜੇ ਨੇ ਇਹ ਰਿਪੋਰਟ ਹੋਣੇ ਚਾਹੀਦੇ ਆ CBSE ਨੂੰ ਮੈਂ ਰਿਪੋਰਟ ਕਰੂੰਗਾ ਜੀ ਸਰ ਯਾ ਸੋ ਅੱਛਾ ਉਸ ਤੋਂ ਬਾਅਦ ਲੜਕੀ ਜਿਹੜੀ ਹੈ ਆਣ ਕੇ ਕਿੰਨੇ ਮਹੀਨੇ ਬਾਅਦ ਬੰਦ ਹੋ ਗਈ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਸਰ ਇਹਨੇ ਮੇਰੇ ਨਾਲ 3 ਮਹੀਨੇ ਗੱਲ ਕੀਤੀ ਤੇ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਹੁਣ ਤਾਂ ਪੇਪਰ ਬਹੁਤ ਜਲਦੀ ਮਿਲਦੇ ਪਏ ਸੀਗੇ ਵੀ ਆਪਣੇ ਹਸਬੈਂਡ ਨੂੰ ਬੁਲਾ ਲਾ ਇਹਨੇ ਸਰ ਕਰਨਾ ਕਿ ਮੈਂ ਕਾਲਜ ਚੇਂਜ ਕਰਨਾ ਆ ਤੁਸੀਂ ਮੈਨੂੰ ਫੀਸ ਪਾ ਦੋ ਮੈਂ ਆਹ ਕਰਨਾ ਕਿਉਂਕਿ ਫੀਸ ਤਾਂ ਆਪਾਂ ਸਭ ਤੋਂ ਪਹਿਲਾਂ ਸਾਰੀ ਕਲੀਅਰ ਕੀਤੀ ਹੋਈ ਤੁਸੀਂ ਫੀਸ ਟੋਟਲ ਕਿੰਨੀ ਫੀਸ ਦਿੱਤੀ ਆ ਸਰ ਇਹਨੂੰ ਆਪਾਂ ਇੱਥੋਂ 11 ਲੱਖ ਪਾਇਆ ਸੀਗਾ ਜਦੋਂ ਇਹ ਗਈ ਸੀਗੀ ਟੋਟਲ ਕਿੰਨਾ ਖਰਚਾ ਆਇਆ ਤੁਹਾਡਾ ਟੋਟਲ ਸਾਰਾ ਸਰ ਸ਼ੋਪਿੰਗ ਕਰਾ ਕੇ ਜਿਹੜਾ ਮੈਰਿਜ ਤੋਂ ਬਾਰ ਬਾਰ 22.5 ਲੱਖ ਰੁਪਈਆ ਲੱਗ ਗਿਆ ਸੀਗਾ ਮੈਰਿਜ ਤੋਂ ਬਾਰ ਬਾਰ ਹੁਣ 22 ਲੱਖ ਵਿੱਚ ਤੁਸੀਂ ਲੁੱਟੇ ਗਏ ਹੋ ਪੁੱਟੇ ਗਏ ਹੋ ਤੁਹਾਡਾ ਕੈਨੇਡਾ ਦਾ ਆਉਣ ਵਾਲਾ ਸੁਪਨਾ ਵੀ ਜਿਹੜਾ ਖਤਮ ਹੋ ਗਿਆ ਚੱਕਣਾ ਚੂਰ ਹੋ ਗਿਆ ਇਸ ਲੜਕੀ ਨੇ ਕਰਤਾ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਡੀ ਲਾਸਟ ਕਰੋ ਗੱਲਬਾਤ ਹੋਈ ਆਸ਼ਨਾ ਦੇਵੀ ਨਾਲ ਸਰ ਉਹਦੇ ਨਾਲ ਲਾਸਟ ਟਾਈਮ ਮੈਂ ਪੇਪਰ ਮੰਗਵਾਏ ਸੀਗੇ ਉਹਦੇ ਤੋਂ ਆਈ ਥਿੰਕ 2018 ਦੇ ਵਿੱਚ ਹੀ ਮੰਗਵਾਏ ਸੀ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਸਾਲ ਹੀ ਹੋ ਚੱਲਾ ਸਰ ਗੱਲ ਹੋਈ ਨੂੰ ਪੇਪਰ ਮੰਗਾਏ ਸੀਗੇ ਮਤਲਬ ਤੁਹਾਨੂੰ ਉਹਨਾਂ ਨੇ ਫਿਰ ਵੀਜ਼ਾ ਦਿੱਤਾ ਜਿੱਦਾਂ ਸਰ ਉਹਨਾਂ ਨੇ ਨਾ ਭੇਜੇ ਸੀਗੇ ਪੇਪਰ ਪਹਿਲਾਂ ਤਾਂ ਲਾਸਟ ਸਾਲ ਕਾਲਜ ਤੇ ਗਏ ਸੀਗੇ ਇੱਥੋਂ ਮੌਂਟਰੀਅਲ ਚ ਉੱਥੇ ਜਾ ਕੇ ਕਹਿੰਦੇ ਵੀ ਕਾਲਜ ਦੀ ਫੀਸ ਬਹੁਤ ਜ਼ਿਆਦਾ ਆ ਮੈਂ ਚੇਂਜ ਕਰਨਾ ਆ ਚਲੋ ਉਧਰੋਂ ਵੀ ਉਹ ਫੀਸ ਰਿਫੰਡ ਹੋ ਗਈ ਇਹਨਾਂ ਨੂੰ ਮੈਨੂੰ ਛੋਟੀ ਗੱਲ ਦੱਸੋ ਉਸ ਤੋਂ ਬਾਅਦ ਮੈਂ ਮੇਰਾ ਸਵਾਲ ਇਹ ਆ ਕਿ ਲਾਸਟ ਕਰੋ ਗੱਲ ਹੋਈ ਤੁਹਾਡੇ ਨਾਲ ਪੇਪਰਾਂ ਵਿੱਚ ਕੀ ਸੀਗਾ ਤੁਹਾਨੂੰ ਤੁਸੀਂ ਜਦੋਂ ਪੇਪਰ ਫਾਈਲ ਕੀਤੇ ਵਿਜ਼ਟਰ ਵੀਜ਼ੇ ਕੀਤੇ ਸੀਗੇ ਜਾਂ ਐਜ਼ ਸਪੋਜ਼ ਕੀਤੇ ਆ ਕਿ ਤੁਸੀਂ ਸਰ ਵਰਕ ਓਪਨ ਵਰਕ ਪਰਮਿਟ ਤੇ ਸਪੋਜ਼ ਕੀਤੇ ਆ ਤੇ ਪਾਸਪੋਰਟ ਤੁਸੀਂ ਮੈਰਿਜ ਰਜਿਸਟਰ ਕਰਾਈ ਸੀ ਹਾਂਜੀ ਸਰ ਸਾਰਾ ਕੁਝ ਸੀ ਆਈ ਸੀ ਸੋ ਆਸ਼ਨ ਦੇਵੀ ਜਿਹੜੇ ਤੁਹਾਡੇ ਫਾਦਰ ਲਾ ਹੁਣ ਤੁਸੀਂ ਇੱਥੇ ਕੇਸ ਰਜਿਸਟਰ ਕਰ ਚੁੱਕੇ ਹੋ ਜੀ ਸਰ ਹੋ ਗਿਆ ਜੀ ਕੇਸ ਰਜਿਸਟਰ ਕਿਹੜੇ ਥਾਣੇ ਵਿੱਚ ਕੀ ਫਾਦਰ ਤੇ ਸਰ ਰਾਵਲ ਪਿੰਡੀ ਫਗਵਾੜਾ ਜੀ ਰਾਵਲ ਪਿੰਡੀ ਤੁਹਾਡੇ ਐਸਐਚਓ ਕੌਣ ਹੈ ਇੱਥੇ ਐਸਐਚਓ ਸਰ ਬਦਲੇ ਆ ਹੁਣ ਤਾਂ ਚਮਕੌਰ ਸਿੰਘ ਆ ਜੀ ਪਹਿਲਾਂ ਕੌਣ ਸੀ ਪਹਿਲਾਂ ਦੂਸਰੇ ਸੀਗੇ ਉਹਨਾਂ ਨੂੰ ਸਰ ਕਰੋਨਾ ਹੋ ਗਿਆ ਸੀਗਾ ਉਹ ਚੇਂਜ ਹੋ ਗਏ ਆ ਉਹ ਨਾ ਕਿ ਸੁਣਾ ਨਾ ਤਾਂ ਕੋਈ ਹੋਊਗਾ ਉਹਨਾਂ ਦਾ ਨਾਮ ਅਮਰਜੀਤ ਸਿੰਘ ਸੀ ਸ਼ਾਇਦ ਸਰ FIR ਨੰਬਰ ਤੇ ਹੈਗਾ ਮੈਂ ਤੁਹਾਨੂੰ ਸੋ ਇਹ ਵਿੱਚ ਚਾਰ ਛਿੜਕੇ ਤੇ ਕਿਤੇ ਹੋਈ ਆ ਤੁਹਾਡੇ ਫਾਦਰ ਨਾਲ ਦਾ ਨਾਮ ਜਿਹੜਾ ਫਾਦਰ ਦਾ ਨਾਮ ਕੀ ਹੈ ਸੰਤੋਖ ਸਿੰਘ ਜੀ ਸੰਤੋਖ ਸਿੰਘ ਸੰਤੋਖ ਸਿੰਘ ਤਾਂ ਤੁਹਾਡੀ ਮਦਰ ਦਾ ਸਿਮਰਜੀਤ ਕੌਰ ਸਿਮਰਜੀਤ ਕੌਰ ਇਹ ਤੇ ਇਸ ਲੜਕੀ ਤੇ ਵੀ FIR ਦਰਜ ਹੋ ਗਈ ਫਰਾਡ ਦੀ ਹਾਂਜੀ ਹਾਂ ਸੀ ਇਹ ਤੁਹਾਡੇ ਨਾਲ ਕੋਈ ਮੰਨੇ ਹੋ ਪੈਸੇ ਦੇਣ ਨੂੰ ਤੁਹਾਨੂੰ ਸਰ 16.5 ਲੱਖ ਚ ਮੰਨੇ ਸੀਗੇ ਸਾਡੇ ਨਾਲ ਵੂਮੈਨ ਸੈੱਲ ਚ ਇਹਨਾਂ ਨੇ ਸਾਨੂੰ ਰਿਟਰਨ ਲਿਖ ਕੇ ਦਿੱਤਾ ਕਚਹਿਰੀਆਂ ਦੇ ਵਿੱਚੋਂ ਸਟਾਮ ਪੇਪਰ ਤੇ ਇਹ ਉਹਦੇ ਤੋਂ ਵੀ ਕੁੜੀ ਦੀ ਮਤਲਬ ਕੁੜੀ ਤੇ ਪਰਚਾ ਦਰਜ ਹੋ ਚੁੱਕਾ ਹੈ ਸਰ ਤਿੰਨਾਂ ਤੇ ਰਜਿਸਟਰ NOC ਜਾਰੀ ਹੋ ਗਈ ਹੈ ਇਹਨਾਂ ਦੀ ਆਈ ਸੀ
सो इस कुड़ी ते एनओसी जा जो बी कैन प्रोसीड द पिक्चर असि कानून के मुताबिक यह चार्जशीट हो चुके हैं और असं दिखा सकते हैं कि इन्हें चार्जशीट है और असि कोशिश कर दें जी इस वेले आशना देवी कितने आना अजकल सर वो मॉन्ट्रियल दे विच ही सीगे हुन तां काफी टाइम ही साल ही हो गया सर मेरे नाल तां गल होई नहीं मैनूं आशन देवी जी तुसीं ना कॉन्टैक्ट कर सकते हो और असीं ट्राई कीता तुहाडा फोन थ्रू नहीं हो रहा और असीं आशन देवी जी नूं बेनती करांगे क्योंकि इस वेले वन साइडेड स्टोरी है और इस स्टोरी जिहड़ी है किसे समय भी फ्लैप अते ट्विस्ट हो सकती है और तुहाडे वल्लों दोष जिहड़े लाए ने तुसीं खुद जिम्मेवार हो और तुहाडे कहिण दे मुताबिक तुसीं चार्जशीट हो चुकी है तो मीडिया को राइट्स ने उस व्यक्ति की तस्वीर दिखा लो कि इस लड़की के चार्ज लाए ने पंजाब पुलिस ने क्योंकि फ्रॉड चार्ज हो चुकी है आशन देवी सो तुसी थोड़े सोहरा साहब उन्होंने नंबर सन प्रोसीड किया सर मैं किया होया सो तुसी प्लीज मैं कुछ कॉल इन द सेम टाइम कॉल करो हम अभी कॉलर की बेनती करनी चाहेंगे कि कॉलरस अपने पबलिक ओपीनियन दो यह हम लड़का जिन्निया इतने लड़कियां आदियां ने कारण की है कि लड़के घट ने ते लड़कियां ही इत्थे आण के ज्यादा मुकर क्यों जांदियां ने कसूर किहदा आ इहदे बारे विच इस लड़के नूं तुसीं सवाल करो तुहाडी ओपीनियन की है स्पीक योर माइंड आओ सर नंबर है 416-785-0626 ते तुसीं 416-785-0680 ते कॉल कर सकते हो असीं पबलिक ओपीनियन लैणी चाहांगे सर साहब पबलिक ओपीनियन लई प्लीज मैनूं प्रोसीड करो क्योंकि यह हम वन साइडेड स्टोरी है जे हम यह लड़की कहे मेरी फोटो के लाई है असी ला सकते क्योंकि एफ आई आर दर्ज है और जो कोई व्यक्ति झूठ बोलता एलीगेशन वाला तर असी फोटो ला सकते हैं साढ़े को राइट्स ने मीडिया के को फ्रीडम ऑफ स्पीच शो असी राइट्स रखते हैं ये फ्रॉड में असी रोकना आ इत्थे बड़ी गिनती छोटी गिनती एक पैमाना नहीं है पर मैं यह कह सकता कि बहुत सारे जो बच्चे स्टूडेंट पढ़ आए ने कई बार स्पोज बीजे से वर्क परमिट से आ जाते हैं तो लड़कियां उन्होंने चार्ज करा दें ये ज्यादा गिनती है जब फेक चार्ज लवा दें सिस्टम मिसयूज हो रहा सिस्टम है पुलिस सर्दी का कई बार पुलिस अफसर साहबान ने किसी जरूरी काम से जाना हों कॉल आ जाता जी मैंने थ्रैट किया है जबकि वह कई बार की होंगे कि व्यक्ति तुम जानते हो कि बिल्कुल गलत चार्जस होंगे वेरी सैड पार्ट जो हो रहा ये तुसी जिहड़े देखण वाले दर्शक ने सुनण वाले सोते ने दुनिया विच मैनूं वेख रहे हो साडे इस मुल्क दा पट्ठा बैठ रहा है साडे इस मुल्क नूं मिसयूज किया जा रहा है चरूंड के खाया जा रहा है जिस तरह छली खाई दी चिकन खाई दी इस तरह खाधा जा रहा है इस मुल्क ते तरस करो कैनेडा एक सुंदर मुल्क है और असीं मुल्क नूं बचाउणा आ असीं इह जिहड़े लोक झूठ बोलदे ने उहनां नूं इत्थों भजाउणा आ जिहड़े इत्थे फ्रॉड करदे ने मैनू अड़क कह भी कोई जी तुसी साडे मुताबिक स्टोरी नूं ट्विस्ट कीता लड़की कहिंदी कि मेरे हसबैंड नूं क्यों लियांदा आई हैव राइट्स कि जदों लड़की आई आ लड़का आया तो लड़की नूं भी लियाउणा आ हुण मैं लड़की नूं कहांगा असीं लिया के आउण दी कोशिश करांगे कल नूं आ सकदी आ उह अपना पक्ष रखेगी तो जे मुड़का कह दे लड़का मैं जी प्रैस कॉन्फ्रेंस करन लगा जी प्रैस कॉन्फ्रेंस किहदे नाल करन लगा प्रैस कॉन्फ्रेंस वाले कौन है लोग उह विच कैपैसिटी विच प्रैस कॉन्फ्रेंस करन वाले ने उहनां लोक जाणदे भी हैगे आ उहनां क्रेडिबिलिटी भी हैगी आ उन्होंने ना निशान भी है उन्होंने कुछ कम्यूनिटी दिता भी है उन्होंने कलम के जबान भी है कलम के जबान भी होंगी है और मैं हैरानी इस चीज़ की आ कि गीगे जड़े ने वह बच्चे जड़े ने बोल रहे हैं तोतली आवाज के सो साढ़े को हक ने असी फोटो ला सकते हैं हाँ जी कॉलेज तुम की कहना चाहते इस बच्चे हेलो सत जी मैं है ना रानीपुर तो मैं भी मैं कैलीफोर्निया तो बोल दी हाँ और मैं भी रानीपुर पिंड दी हाँ जो ये बेटा बेटा तो नाल आया अज लाइन से इन्हों मैं बहुत चंगी तरह जानती हाँ तुसी लड़की या लड़का बोल रहे हो बहुत परिवार जिदा कह लो भी बहुत शरीफ परिवार है जिदा ये डैडी भी बिजली बोर्ड के विच सीगे इन्होंने मैरिज की जिदा बेटे ने तुहानू स्टोरी दसी आ मैं तुहाडा लाइव रोज शो वेखदी हाँ और वो बिल्कुल सही है भाजी स्टोरी है इन्हों की हेल्प की जाए मुंडा बहुत शरीफ परिवार है इन्हों की मम्मी की इसे करके डैथ हो गई है बेटा गया सीगा पैसे जेडे कोल डैडी नूं रिटायरमेंट च मिले सीगे सारे पैसे कुड़ी ते लाते ਹੁਣ ਇਹ ਘਰੋਂ ਬੇਘਰ ਹੋਏ ਆਪਣੀ ਬੇਟੀ ਇਹਨਾਂ ਦੀ ਭੈਣ ਜਿਹੜੀ ਆ ਉੱਥੇ ਬੈਠੀ ਆ ਵਿਚਾਰੇ ਮਸੀਆਂ ਨਹੀਂ ਇਹਨਾਂ ਦੀ ਮਦਰ ਦੀ ਡੈਥ ਹੋ ਗਈ ਆ ਹਾਂਜੀ ਮਦਰ ਦੀ ਡੈਥ ਹੋ ਗਈ ਆ ਆਪਣੇ ਦੂਸਰੇ ਕੀ ਨਾਮ ਤੁਹਾਡਾ ਮਨਪ੍ਰੀਤ ਤੁਸੀਂ ਆਪਣੀ ਮਾਂ ਨੂੰ ਵੀ ਗਵਾ ਚੁੱਕੇ ਹੋ
जी सर मेरे मदर नू मैं तुहानू दस रहा कि यह फोन करने हट गई सी जिस करके मेरे मदर यही गल दिल ते ला गए खराब हो गए सर ते मदर भी मेरे चले गए इसे गम च वेरी सैड बेटा पैसे भी गवाए मां भी चल गई दुनिया विचों पैसे तो आ जाएंगे पैसे नू मारो खास मारो खूच पर मां ने चल जाना मेनू बेटा बहुत दुख होया अज ये जालम लोग ने यह जुल्म कर रहे ने बई अत्याचार हो रहा है सर मैं ते मेरे फादर सर कदी किते रोटी खाने कदी किते सर असी ते अपना घर भी गवा चुके सर हुण एनीवे सो असी अगली प्रोसीड च जा रहे हैं कॉलर स्पीक योर माइंड कर्णवीर स्पीक योर माइंड बाजवा साहब नेक्स्ट कॉल जी कॉलर गो हेड जी कॉलर स्पीक योर माइंड हां जी बोलो हां जी ना मदर दा सुन के ते चलो माड़ा लगा जी पर अपना कहानी है जी इन्हां ने भी अपने वालों ते जगाड़ ही लाया है पर कुड़ी हुण ज्यादा तेज निकल गई है उन्हें कोई वेल सेटल्ड मुंडा देख लिया होना इत्थे इन्हां दे पैसे ते उन्हें अपनी इन्वेस्टमेंट कर ली जिदा बिजनेस हुंदा है ते डाउन पेमेंट इन्हां ने देती हैगी उन्हें बिजनेस सैट करके हुण 15-16 लाख दे भी दऊगी ओह ते उन्हें अपनी लाइफ सैट कर ली इत्थे कोई वधिया मुंडा लभ गया होना उहनूं ते बई ते हुण बस ਚਿੜੀਆਂ ਚੌਗੀ ਖੇਤੀ ਹੈ ਜੀ ਹੁਣ ਥੈਂਕ ਯੂ ਸੋ ਮਚ ਅਗਲੀ ਕਾਲ ਕਾਲਰ ਗੋ ਹੈਡ ਜੀ ਬੋਲੋ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਜੀ ਬਹਿਰੀਨ ਤੋਂ ਗੱਲ ਕਰ ਰਿਹਾ ਜੀ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਹਾਡਾ ਸ਼ੋਅ ਦੇਖਦੇ ਹਾਂ ਡੇਲੀ ਜੀ ਤੁਹਾਡਾ ਟਾਈਮ ਚੋਂ ਟਾਈਮ ਕੱਢ ਕੇ ਜੀ ਜੀ ਇਹ ਮੈਂ ਤਾਂ ਅਸੀਂ ਇੱਕੋ ਗੱਲ ਕਰਦੇ ਹਾਂ ਜੀ ਸਾਡੇ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਦੀ ਮਾਨਸਿਕਤਾ ਨਾ ਜੀ ਇਹ ਉਹਦੇ ਚ ਫਰਕ ਪਿਆ ਵਾ ਇਹਨਾਂ ਨੂੰ ਕਿਉਂ ਇਹ ਕਿਸੇ ਦੇ ਸਹਾਰੇ ਤੇ ਤੁਰਦੇ ਆ ਜੇ ਇਹਨਾਂ ਦੇ ਆਪਣੇ ਵਿੱਚ ਦਮ ਨਹੀਂ ਤਾਂ ਅਸੀਂ ਕੰਮ ਕਰ ਲੋ ਆਪ ਪਹਿਲਾਂ ਆਪ ਜਾਣ ਦਾ ਦੇਖੋ ਅਸੀਂ ਜਾ ਸਕਦੇ ਹਾਂ ਤਾਂ ਅਸੀਂ ਮੈਚੋਰਿਟੀ ਹੈਗੀ ਆ ਸਾਨੂੰ ਅਸੀਂ ਲਾ ਕੇ ਅਗਲੀ ਤੇ 15-20 ਲੱਖ ਰੁਪਇਆ ਤੋੜ ਦਿੰਦੇ ਹਾਂ ਬਾਅਦ ਦੇ ਵਿੱਚ ਠੂਠਾ ਸਾਡੇ ਹੱਥ ਜਾ ਜਾਂਦਾ ਹੈਗਾ ਵੈਰੀ ਸੈਡ ਪੈਸੇ ਵੀ ਗਵਾਏ ਆ ਤੇ ਮਾਂ ਵੀ ਵਿਚਾਰੀ ਦੁਨੀਆ 'ਚ ਚਲੇ ਗਈ ਜਿਸ ਦੁੱਖ ਵਿੱਚ ਉਹੀ ਗੱਲ ਆ ਜੀ ਹੁਣ ਦੇਖੋ ਜੀ ਹੁਣ ਸਰ ਜੀ ਸਾਨੂੰ ਤਾਂ ਅਸੀਂ ਤਾਂ ਦੇਖਦੇ ਹਾਂ ਤੁਹਾਡਾ ਡੇਲੀ ਸ਼ੋਅ ਦੇਖਦੇ ਹਾਂ ਟਾਈਮ 'ਚੋਂ ਟਾਈਮ ਕੱਢ ਕੇ ਦੇਖਦੇ ਹਾਂ ਅਸੀਂ ਅਸੀਂ ਇਹ ਕਹਿੰਦੇ ਹਾਂ ਵੀ ਇੰਨੇ ਸੋਹਣੇ ਮੁਲਕ ਦੇ ਵਿੱਚ ਜਿਹੜੇ ਇਹ ਗਲਤ ਲੋਕ ਆਏ ਆ ਜੀ ਇਹਨਾਂ ਨੂੰ ਡਿਪੋਰਟ ਕਰਾਓ ਇੱਥੇ ਇਹ ਕੁਝ ਕੁੜੀਆਂ ਨੇ ਆਣ ਕੇ ਕੁਝ ਕੁੜੀਆਂ ਸਾਰੀਆਂ ਨਹੀਂ ਬਹੁਤ ਸਾਰੀਆਂ ਧੀਆਂ ਚੰਗੀਆਂ ਨੇ ਮੈਂ ਜਾਣਦਾ ਬੱਚਿਆਂ ਨੂੰ ਕੁਝ ਲੋਕ ਇਹ ਇਹਨਾਂ ਦੀ ਬਦਨਾਮੀ ਕਰਾਉਂਦੇ ਆ ਜੀ ਜਿਹੜੇ ਚੰਗੇ ਲੋਕ ਰਹਿ ਰਹੇ ਆ ਉਹਨਾਂ ਦੀ ਵੀ ਬਦਨਾਮੀ ਕਰਾਉਂਦੇ ਆ ਇਹ ਚੰਗੇ ਲੋਕਾਂ ਦੀ ਵੀ ਬਦਨਾਮੀ ਕਰਾਉਂਦੇ ਆ ਇਹੋ ਜਿਹੀਆਂ ਕੁੜੀਆਂ ਇਹੋ ਜਿਹੀਆਂ ਕਿਉਂਕਿ ਗਲਤ ਮੁੰਡੇ ਨੂੰ ਚਾਰਜ ਕਰਾਉਂਦੀਆਂ ਜੇ ਅਸੀਂ ਮੁੰਡੇ ਨੂੰ ਲਿਆਉਂਦੇ ਲਾਈਨ ਚ ਤੇ ਮੁੰਡਾ ਕਹਿੰਦੇ ਤੁਸੀਂ ਸਟੋਰੀ ਟਵਿਸਟ ਕਰ ਲਈ ਕਮਾਲ ਦੀ ਗੱਲ ਟਵਿਸਟ ਕਰ ਲਈ ਤੂੰ ਝੂਠ ਬੋਲੀ ਆ ਤੂੰ ਲੋਕਾਂ ਨੂੰ ਚਾਰਜ ਕਰਾ ਰਹੀ ਆ ਲੋਕਾਂ ਨੂੰ ਲੋਕਾਂ ਤੋਂ ਪੈਸੇ ਲੈ ਰਹੀ ਆ ਲੋਕ ਜਿਹੜੇ ਨੇ ਅਸੀਂ ਨਾ ਵਿਕਟਮਸ ਨੂੰ ਮੇਰੇ ਪਾਸ ਦੋ ਵਿਕਟਮ ਨੇ ਦੋ ਤੋਂ ਉੱਪਰ ਮੈਂ ਇਹਨਾਂ ਨੂੰ ਸੁਪਰੀਮ ਕੋਰਟ ਲਿਜਾ ਰਿਹਾ ਕਿ ਮੈਂ ਖੁਦ ਕਲਚਰ ਦੇ ਰਿਹਾ ਗੋ ਟੂ ਸੁਪਰੀਮ ਕੋਰਟ ਜੇ ਤੁਹਾਡੇ ਕੋਲ ਜੇ ਚਾਰਜ ਲੱਗ ਵੀ ਗਏ ਨੇ ਟੈਲ ਟੂ ਜੱਜ ਸਾਹਿਬ ਕਿ ਆਹ ਸਭ ਕੁਛ ਇਹ ਜਾਣ ਕੇ ਕਰ ਰਹੀ ਹੈ ਕੁੜੀ ਤੇ ਇਹਨਾਂ ਨੂੰ ਅਸੀਂ ਸਭ ਸਕਾਵਾਂਗੇ ਔਰ ਅਸੀਂ ਸਾਡੀ ਲੀਗਲ ਪੈਨਲ ਜਿਹੜੇ ਖਰਚਾ ਪੇ ਕਰੇਗੀ ਹਾਂਜੀ ਜੀ ਜਦੋਂ ਤੁਸੀਂ ਇਹਨਾਂ ਇੱਕ 2-4 ਨੂੰ ਇਹਦਾ ਡਿਪੋਰਟ ਹੋਣਗੇ ਨਾ ਜੀ ਤਾਂ ਨਾਲ ਦੇ ਆਂਦੀਆਂ ਹੋਰ ਅੱਖਾਂ ਖੁੱਲਣਗੀਆਂ ਗਲਤ ਕੰਮ ਕਰ ਲੱਗੇ ਪਹਿਲਾਂ ਸੋਚ ਅਸੀਂ ਆਪਣੇ 1 ਮਿੰਟ ਚ ਅਸੀਂ ਆ ਰਹੇ ਇਹਨਾਂ ਨੂੰ ਹਾਂਜੀ ਆਪਣੇ ਸਿੱਧੂ ਸਾਹਿਬ ਤੁਸੀਂ ਮੇਰੇ ਨੂੰ ਦੇਖ ਆਪਣੇ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ ਆਪਣੇ ਕਰਜ਼ਾ ਜਿਹੜੇ ਲੋਕ ਹੈ ਜਿਹਨਾਂ ਲੈਣਾ ਹਾਂਜੀ ਕੁਝ ਮਿੰਟਾਂ ਵਿੱਚ ਅਗਲੀ ਕਾਲ ਕਾਲਰ ਗੋ ਹੈਡ ਖੈਰਾ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਬਸ ਸਾਹਿਬ ਪਹਿਲੀ ਤਾਂ ਇਹ ਗੱਲ ਆ ਵੀ ਤੁਸੀਂ ਜਿਹੜੇ ਹਮੇਸ਼ਾ ਟਾਕ ਸ਼ੋਅ ਲੈ ਕੇ ਆਉਂਦੇ ਆ ਇਹ ਬੜੇ ਕਾਬਲੇ ਤਾਰੀਫ ਹੁੰਦੇ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਬਹੁਤ ਕੁਝ ਹੋ ਰਿਹਾ ਨਾ ਹੁਣ ਜੀ ਇਹ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਇਹ ਕੀ ਕਰ ਰਹੇ ਆ ਵਾਸੀ ਸਾਹਿਬ ਦੱਸੋ ਕਿੰਨੇ ਫਰਾਡ ਹੋ ਰਹੇ ਆ ਕੋਈ ਕਾਨੂੰਨ ਨਹੀਂ ਬਣ ਰਿਹਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਬਾਕੀ ਜਿਹੜੀ ਗੱਲ ਆ ਇਹ ਫਰਾਡ ਹੋਇਆ ਦੇਖੋ ਜੀ ਇਹਦੇ 'ਚ ਏਜ ਇਫੈਕਟ ਬਹੁਤ ਵੱਡੀ ਗੱਲ ਆ ਹੁਣ 19 ਸਾਲ ਦੀ ਕੀ ਹੁੰਦੀ ਆ 25 ਜਾਂ ਬੱਚੇ ਦੀ ਉਮਰ ਉਹਨੂੰ ਪਤਾ ਹੀ ਨਹੀਂ ਕਿ ਇਹ ਕਰਨਾ ਕੀ ਆ ਥੋੜਾ ਜਿਹਾ ਏਜ ਵੱਧ ਹੋਣੀ ਚਾਹੀਦੀ ਆ ਥੋੜਾ ਜਿਹਾ ਬੱਚਿਆਂ ਨੂੰ ਸਮਝ ਹੋਵੇ ਤਾਂ ਕੋਈ ਬਚਾਅ ਹੋ ਸਕਦਾ ਨਹੀਂ ਤਾਂ ਇਹ ਜਿੱਦਾਂ ਤੁਸੀਂ ਕਿਹਾ ਵੀ ਇਹ ਕੰਟਰੀ ਦਾ ਹੁਣ ਰੱਬ ਹੀ ਰਾਖਾ ਜੀ ਬੇੜਾ ਗਰਕ ਹੋ ਜਾਣਾ ਅਸੀਂ ਇਸ ਜਿਹੜੀ ਲੜਕੀ ਆ ਇਹਦਾ ਨਾਮ ਸਤਿ ਸਾਹਿਬ ਆਸ਼ਨਾ ਦੇਵੀ ਜੀ ਨੂੰ ਕੱਲ ਨੂੰ ਲੈ ਕੇ ਆਵਾਂਗੇ ਹਾਂਜੀ ਜਾਂ ਅੱਜ ਫਾਦਰ ਨੂੰ ਮਦਰ ਨੂੰ ਲੈ ਕੇ ਆਵਾਂਗੇ ਕਿ ਚੱਕਰ ਕੀ ਹੈ ਹਾਂਜੀ ਅਗਲੀ ਕਾਲ ਸਤਿ ਸ੍ਰੀ ਅਕਾਲ ਜੀ ਬੋਲੋ ਬਸ ਸਾਹਿਬ ਮੈਂ ਇਸ ਲੜਕੇ ਨੂੰ ਪੁੱਛਣਾ ਚਾਹੁੰਦਾ ਵਾ ਇਹਨੇ ਕਰਾਈ ਕੰਟਰੈਕਟ ਮੈਰਿਜ ਹੀ ਤੇ ਸਿਰਾ ਕਿਉਂ ਕਹੀ ਜਾਂਦਾ ਕਿ ਕੁੜੀ ਮੇਰੇ ਪੈਸੇ ਲੈ ਕੇ ਭੱਜ ਗਈ ਹਾਂਜੀ ਇਹਨੇ ਤੇ ਕਰਵਾਈ ਕੰਟਰੈਕਟ ਮੈਰਿਜ ਵੀ ਜਿੱਦਾਂ ਇਹਨੇ ਪਹਿਲਾਂ ਕਹਿ ਦਿੱਤਾ ਤੁਹਾਨੂੰ ਕਿ ਅਸੀਂ ਉਹਨੂੰ ਕਿਹਾ ਸੀਗਾ ਕਿ ਜੇ ਤੇਰੇ ਇੰਨੇ ਬੈਂਡ ਆਏ ਤੇ ਸਾਡੀ ਮੈਰਿਜ ਪੱਕੀ ਆ ਤੇ ਉਦਾਂ ਤੇਰੀ ਮੈਰਿਜ ਹੈ ਜੀ ਸਾਡੀ ਕੰਟਰੈਕਟ ਆ ਹੁਣ ਕਿਉਂ ਇਲਜ਼ਾਮ ਲਾਉਂਦਾ ਪਿਆ ਵਾ ਹਾਂਜੀ ਉਹ ਮਨਪ੍ਰੀਤ ਕੀ ਕਹਿਣਾ ਚਾਹੁੰਦੇ ਕਾਲਰ ਕਹਿ ਰਹੇ ਨੇ ਤੇ ਤਾਂ ਕੰਟਰੈਕਟ ਮੈਰਿਜ ਹੋਈ ਆ ਤੁਸੀਂ ਕਿਹਾ ਸੀ ਜੇ ਬੈਂਡ ਉਹ ਆਪਾਂ ਜਿੱਦਾਂ ਨਾ ਹਜੇ ਮੈਰਿਜ ਕੀਤੀ ਨਹੀਂ ਸੀ ਸਰ ਉਹ ਕਹਿ ਰਹੇ ਸੀਗੇ ਕਿ ਮੈਂ ਪਲੱਸ 2 ਕੀਤੀ ਆ
ਕਿ ਮੇਰੇ ਬੈਂਡ ਆਏ ਆ ਤੇ ਮੇਰਾ ਵੀਜ਼ਾ ਪੱਕਾ ਨੀ ਪਤਾ ਹੈਗਾ 6 ਬੈਂਡ ਤੇ ਲੱਗਦਾ ਜਾਂ ਨਹੀਂ। ਦੂਜੀ ਗੱਲ ਬਾਸੀ ਸਾਹਿਬ ਮੈਨੂੰ ਕੁਐਸਚਨ ਪੁੱਟ ਕਰਨਾ ਚਾਹੁੰਦਾ ਵਾ ਕਿ ਤੁਸੀਂ ਕਿਉਂ ਬੇਵਕੂਫ ਬਣ ਰਹੇ ਆ, ਤੂੰ ਪੜ੍ਹਿਆ ਲਿਖਿਆ ਵਾ, ਤੂੰ ਖੁਦ ਆਈਲੈਟਸ ਕਰਕੇ ਆਪਣੇ ਤੇ ਪੈਸੇ ਲਾ ਕੇ ਕੈਨੇਡਾ ਆਉਂਦਾ, ਤੂੰ ਕਿਉਂ ਹੁਣ ਐਲੀਗੇਸ਼ਨ ਲਾਉਣਾ ਪਿਆ ਕੁੜੀ ਤੇ? ਤੁਸੀਂ ਪੜ੍ਹ ਕੇ ਆਪ ਆਉਣਾ ਸੀ ਬੇਟਾ, ਔਰ ਤੂੰ ਜ਼ਿੰਦਗੀ ਦਾ ਜੀਵਨ ਬਤੀਤ ਕਰਨਾ ਚਾਹੁੰਦਾ ਸੀਗਾ। ਹਾਂਜੀ ਜੀ ਬਿਲਕੁਲ ਜੀ, ਠੀਕ ਹੈ ਗੱਲ ਕਿ ਮੁੰਡੇ ਨੂੰ ਪੜ੍ਹ ਕੇ ਆਪ ਆਉਣਾ ਚਾਹੀਦਾ, ਪਰ ਆਪਾਂ ਜਿਹੜਾ ਵੀ ਮੁੰਡਾ ਕੋਈ ਆਇਲਸ ਵਾਲੇ ਏਦਾਂ ਮੈਰਿਜ ਦਾ ਫਰੌਡ ਦਾ ਸ਼ਿਕਾਰ ਹੋ ਜਾਂਦਾ, ਆਪਾਂ ਸਾਰਿਆਂ ਨੂੰ ਇਸੇ ਰਸਤੇ ਨਹੀਂ ਕੱਢ ਸਕਦੇ, ਤੂੰ ਆਉਣਾ ਸੀ। ਹੋ ਸਕਦਾ ਉਹ ਫਾਈਨੈਂਸ਼ੀਅਲੀ ਗੁੱਡ ਸੀ, ਉਹਨਾਂ ਨੇ ਲਾਈਕ, ਕਿਉਂਕਿ ਵਿਆਹ ਹੁੰਦਾ, ਪਾਰਟਨਰ ਮਿਲਦਾ, ਹਰ ਇੱਕ ਬੰਦਾ ਹੀ ਆਪਦੀ ਇੰਪਰੂਵਮੈਂਟ ਲਈ ਕੋਈ ਸਟੈਪ ਚੱਕਦਾ, ਮੁੰਡਾ ਗਲਤ ਕਿਵੇਂ ਹੋ ਸਕਦਾ? ਉਹਨੇ ਤਾਂ ਇਨਵੈਸਟ ਕੀਤੇ ਨਾ ਆਪਦੀ ਘਰ ਵਾਲੀ ਤੇ, ਕੀਤੇ ਹੋਰ ਤੇ ਥੋੜੀ ਕੀਤੇ ਕਿਸੇ ਤੇ। ਕਾਲਰ ਗੋ ਅਹੈਡ ਜੀ, ਪ੍ਰੋਸੀਡ ਕਰੋ। ਬਾਸੀ ਸਰ ਸਹੀ ਦੇਣਾ ਜੀ। ਜੀ ਜੀ ਕੈਰੀ ਓਨ ਸਰ। ਸਰ ਮੈਂ ਆਸਟ੍ਰੇਲੀਆ ਮੈਲਬਰਨ ਤੋਂ ਭਗਵੰਤ ਸਿੰਘ ਬੋਲਦਾ ਸਰ, ਰੋਜ਼ ਤੁਹਾਡਾ ਸ਼ੋਅ ਦੇਖੀਦਾ ਸਰ। ਮੈਂ ਸਿਰਫ ਤੁਹਾਡਾ ਅੱਧਾ ਕੁ ਮਿੰਟ ਲੈਣਾ ਜੀ। ਜੀ ਸਰ, ਆਪਣੇ ਨਾ ਪੰਜਾਬੀ ਜਿਹੜੇ ਸੱਭਿਆਚਾਰ ਹੈ ਨਾ, ਇਹਦੇ 'ਚ ਸਰ ਕਦਰਾਂ ਕੀਮਤਾਂ ਬਦਲ ਗਈਆਂ ਜੀ। ਸਰ ਪਹਿਲਾਂ ਹੁੰਦਾ ਸੀ ਖਾਨਦਾਨ ਦੇਖ ਕੇ ਵਿਆਹ, ਫੇਰ ਸਰ ਹੁਣ ਲੱਗ ਗਿਆ ਸ਼ਕਲਾਂ ਦੇਖ ਕੇ ਵਿਆਹ, ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ। ਸਰ ਅੱਜ ਕੱਲ ਆਈਲੈਟਸ ਦੇ ਬੈਂਡ ਦੇਖ ਕੇ ਵਿਆਹ ਹੋਣ ਲੱਗ ਗਿਆ ਜੀ। ਵੈਰੀ ਗੁੱਡ, ਆਪਣਾ ਕਲਚਰ ਡੁੱਬ ਰਿਹਾ ਸਰ। ਸਰ ਮੈਂ ਤੁਹਾਨੂੰ ਤੇ ਸਿੱਧੂ ਸਾਹਿਬ ਨੂੰ ਧੰਨਵਾਦ ਕਰਨਾ ਚਾਹੂੰਗਾ ਸਰ। ਮੈਂ 4 ਵੱਜ ਗਏ ਸਰ ਉਰੇ ਦੇ ਬੈਠ ਕੇ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਜੀ, ਤੜਕੇ ਦੇ 4 ਵੱਜ ਗਏ ਇਸ ਗੱਲ ਕਰਕੇ, ਕਿਉਂਕਿ ਤੁਸੀਂ ਨਾ ਇੱਕ ਚੇਂਜ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਸਰ। ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਗਿਰ ਰਹੀਆਂ ਨੇ ਨਾ, ਉਹਨਾਂ ਤੁਸੀਂ ਦੁਬਾਰਾ ਉੱਪਰ ਚੱਕ ਰਹੇ ਹੋ, ਇਸੇ ਕਰਕੇ ਤੁਹਾਨੂੰ ਸਲੂਟ ਕਰਦਾ ਜੀ। ਮੈਂ ਇਸੇ ਕਰਕੇ 4 ਵਜੇ ਤੱਕ ਬੈਠਾ, ਮੈਂ ਵੀ ਸਵੇਰੇ 7 ਵਜੇ ਕੰਮ ਤੇ ਜਾਣਾ, 3 ਘੰਟੇ ਸੌਂ ਕੇ। ਓ ਡੀਅਰ, ਮੇਰਾ ਸਰ ਚੁੱਕ ਤੁਹਾਡੇ ਅੱਗੇ, ਮੈਂ ਸਰ ਚੁੱਕ ਰਿਹਾ ਤੁਹਾਡੇ ਅੱਗੇ ਜੀ। ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ, ਮੈਂ ਰੋਜ਼ ਤੁਹਾਡਾ ਸ਼ੋਅ ਦੇਖਦਾ ਜੀ ਤੇ ਰੋਜ਼ ਦੇਖਦਾ ਰਹੂੰਗਾ ਜਦ ਤੱਕ ਮਰਦਾ ਨੀ। ਡੋਂਟ ਸੇ ਦੈਟ, ਕਮ ਔਨ ਬੀਬੀ। ਤੁਹਾਨੂੰ ਸਰ ਮੇਰੀ ਵੀ ਉਮਰ ਲੱਗ ਜੇ ਜੀ। ਤੁਹਾਨੂੰ ਇੱਕ ਹੋਰ ਗੱਲ ਮੈਂ ਦੱਸਦਾ ਸਰ, ਇਹ ਕੈਨੇਡੀਅਨ ਜਿਹੜੀ ਸਰਕਾਰ ਹੈ ਨਾ ਜੀ, ਇਹ ਸਿਰਫ ਥੋੜੇ ਜਿਹੇ ਪੈਸੇ ਬਣਾਉਣ ਵਾਸਤੇ ਨਾ ਇਹ ਮਿਸਯੂਜ਼ ਕਰ ਰਹੀ ਹੈ ਜੀ ਆਪਣੇ ਜਿਹੜੇ ਘੱਟ ਪੜ੍ਹੇ ਲਿਖੇ ਮੁੰਡੇ ਤੇ ਕੁੜੀਆਂ ਨੇ ਇੰਡੀਆ 'ਚ। ਥੈਂਕ ਯੂ ਸੋ ਮਚ। ਉਹਨਾਂ ਨੂੰ ਜਿਹੜੇ ਮਾਈਗ੍ਰੇਸ਼ਨ ਏਜੰਟ ਨੇ ਉਹ ਵੀ ਗਲਤ ਮਿਸਗਾਈਡ ਕਰਦੇ ਨੇ ਸਰ ਕਿ ਤੂੰ ਕੁੜੀ ਲੱਭ ਲੈ। ਥੈਂਕ ਯੂ ਜੀ, ਥੈਂਕ ਯੂ ਜੀ, ਹੈਨਾ। ਚਲੋ ਠੀਕ ਹੈ ਸਰ, ਥੈਂਕ ਯੂ ਟਾਈਮ ਦੇਣ ਲਈ। ਹਾਂਜੀ, ਜਸਟ ਟੂ ਕਾਲਰ ਕਾਲਰ ਗੋ ਅਹੈਡ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਜੀ, ਸਪੀਕ ਯੂਰ ਮਾਈਂਡ ਸਰ। ਮੈਂ ਬੋਲਦਾ ਜੀ ਅਮਰੀਕਾ ਤੋਂ ਜੀ। ਜੀ ਜੀ। ਹਾਂਜੀ ਬਾਸੀ ਸਾਹਿਬ ਜੀ, ਮੈਂ ਕਹਿਣਾ ਚਾਹੁੰਦਾ ਜੀ, ਮੈਂ ਆਪ ਵੀ ਪਹਿਲਾਂ ਸਟੂਡੈਂਟ ਆਇਆ ਹੋਇਆ ਸੀ ਜੀ ਇੱਥੇ ਕੈਨੇਡਾ। ਤੇ ਜੀ ਉੱਥੇ ਰੀਜ਼ਨ ਇਹ ਆ ਜੀ ਕੁੜੀ ਨੂੰ ਛੱਡਣ ਦਾ ਜੀ, ਉੱਥੇ ਜਦੋਂ ਕੁੜੀਆਂ ਸਕੂਲ ਆਪਣੇ ਕਾਲਜ ਆ ਜਾਂਦੀਆਂ ਜੀ, ਮੈਂ ਆਪ ਸੈਂਟੀਨੀਅਲ ਕਾਲਜ ਤੇ ਆਪਣੇ ਸਰ ਬਰੋ, ਉੱਥੇ ਜਦੋਂ ਕਲਾਸ ਲੱਗਦੀ ਆ ਜੀ, ਫਿਰ ਉੱਥੇ ਜੀ ਮੁੰਡਿਆਂ ਨਾਲ ਗਰੁੱਪ ਬਣ ਜਾਂਦੇ ਆ ਜੀ ਉੱਥੇ ਅਸਾਈਨਮੈਂਟਾਂ ਦੇ। ਫਿਰ ਜੀ ਮੁੰਡੇ ਕੁੜੀ ਨੂੰ ਇਹ ਕਹਿੰਦੇ ਆ ਕਿ ਚੱਲ ਤੂੰ ਏਦਾਂ ਕਰੀ ਕਿ ਘਰੇ ਆਈ, ਆਪਾਂ ਏਦਾਂ ਅਸਾਈਨਮੈਂਟ ਬਣਾਵਾਂਗੇ, ਉਹ ਕਰਾਂਗੇ ਜੀ, ਉਹ ਜੀ ਬਸ ਜੀ ਬਸ ਪਲੈਗਰਿਜ਼ਮ ਪੈ ਗਈ ਹੋਈ ਆ ਜੀ ਹੁਣ ਜੀ, ਗੱਲਬਾਤ ਕਰਦੇ ਆ। ਤੁਸੀਂ ਕਰਜ਼ਾ ਲੈਣਾ ਚਾਹੁੰਦੇ ਹੋ ਜੇ ਤੁਹਾਡੇ ਘਰ ਦੇ ਵਿੱਚ 18 ਸਾਲ ਤੋਂ ਉੱਪਰ ਹੈ ਕੋਈ, ਤੇ ਤੁਹਾਡੇ ਕੋਲ ਕੋਈ ਐਸੈਟਸ ਨਹੀਂ ਹੈ, ਕਾਰ ਵੈਨ ਘਰ ਨਹੀਂ, ਤੁਹਾਨੂੰ $1,00,000 ਤੁਹਾਡੇ ਬੈਂਕ ਵਿੱਚ ਪਾਉਣਗੇ, ਜੇ ਤੁਹਾਡੇ ਕੋਲ 2 ਸਾਲ ਦਾ ਬਿਜ਼ਨਸ ਹਿਸਟਰੀ ਤੁਹਾਡੇ ਅਕਾਊਂਟ ਵਿੱਚ 3,00,000 ਪਾਉਣਗੇ, ਕੌਣ ਪਾਉਣਗੇ? ਹੈਰੀ ਜੀ ਅਤੇ ਉਹਨਾਂ ਨਾਲ ਸਾਥੀ ਆਏ ਨੇ, ਅਸੀਂ ਕੁਝ ਸੈਕਿੰਡ ਜੁੜ ਰਹੇ ਹਾਂ।